ਦਾ ਟੌਪਿਕ ਹੈ ਉਹ ਹੈ ਓਪੇਰਿਨ ਹੈਲਡਿਨ ਥਿਅਰੀ। ਬੱਚੋ ਇਹ ਜਿਹੜੀ ਥਿਅਰੀ ਹੈ ਇਹ ਮਾਡਰਨ ਥਿਅਰੀ ਹੈ ਓਰੀਜਨ ਆਫ ਲਾਈਫ ਦੀ। ਅਸੀਂ ਆਪਣੇ ਲਾਸਟ ਲੈਕਚਰ ਦੇ ਵਿੱਚ ਅਲੱਗ ਅਲੱਗ ਥਿਅਰੀਜ਼ ਕੀਤੀਆਂ ਓਰੀਜਨ ਆਫ ਲਾਈਫ ਦੀਆਂ। ਉਹ ਥਿਅਰੀਜ਼ ਨੂੰ ਮੈਂ ਥੋੜ੍ਹਾ ਜਿਹਾ ਰਿਵਾਈਵ ਕਰਨ ਜਾ ਰਹੀ ਹਾਂ ਤਾਂ ਕਿ ਅਸੀਂ ਇਸ ਥਿਅਰੀ ਦੇ ਉੱਪਰ ਸਾਡਾ ਇਸ ਥਿਅਰੀ ਦੇ ਨਾਲ ਕੰਟੈਕਟ ਬਣ ਸਕੇ। ਸੋ ਬੱਚੋ ਜਿਹੜੀਆਂ ਅਸੀਂ ਥਿਅਰੀਜ਼ ਡਿਸਕਸ ਕੀਤੀਆਂ ਸੀ ਉਸ ਵਿੱਚ ਪਹਿਲੀ ਜਿਹੜੀ ਥਿਅਰੀ ਸੀ ਦੈਟ ਵਾਜ਼ ਥਿਅਰੀ ਆਫ ਸਪੈਸ਼ਲ ਕ੍ਰੀਏਸ਼ਨ। ਸੋ ਬੱਚੋ ਇਸ ਥਿਅਰੀ ਵਿੱਚ ਕੀ ਕਿਹਾ ਗਿਆ ਸੀ ਕਿ ਜਿਹੜੀ ਧਰਤੀ ਦੇ ਉੱਪਰ ਲਾਈਫ ਦੀ ਉਤਪਤੀ ਹੋਈ ਉਹ ਕਿਸਨੇ ਕੀਤੀ? ਇੱਕ ਸੁਪਰ ਨੈਚੁਰਲ ਪਾਵਰ ਜਿਸ ਨੂੰ ਕਿ ਗੋਡ ਕਿਹਾ ਜਾਂਦਾ ਹੈ। ਅਤੇ ਇਸ ਥਿਅਰੀ ਲਈ ਅਲੱਗ ਅਲੱਗ ਰਿਲੀਜੀਅਸ ਬਿਲੀਫ ਸੀਗੇ, ਜਿਵੇਂ ਕਿ ਕ੍ਰਿਸਚਨ ਬਿਲੀਫ ਸੀ। ਉਹਨਾਂ ਨੇ ਕਿਹਾ ਕਿ ਜਿਹੜੀ ਲਾਈਫ ਦੀ ਉਤਪਤੀ ਹੈ ਉਹ ਪਰਮਾਤਮਾ ਨੇ ਕੀਤੀ, ਗੋਡ ਨੇ ਕੀਤੀ, ਅਤੇ ਫਸਟ ਜਿਹੜਾ ਮੈਨ ਔਰ ਵੂਮੈਨ ਸੀ ਦੈਟ ਵਾਜ਼ ਐਡਮ ਐਂਡ ਈਵ। ਇਸੇ ਤਰ੍ਹਾਂ ਹਿੰਦੂ ਬਿਲੀਫ ਦੇ ਅਕੋਰਡਿੰਗ ਜਿਹੜੀ ਕਿਹਾ ਗਿਆ ਸੀ ਉਹ ਕਿਹਾ ਗਿਆ ਸੀਗਾ ਕਿ ਬ੍ਰਹਮਾ ਜਿਹੜਾ ਹੈ ਉਹ ਕ੍ਰੀਏਟਰ ਹੈ, ਇਸ ਧਰਤੀ ਦੇ ਉੱਪਰ ਪੈਦਾ ਕਰਨ ਵਾਲੇ ਜੀਵਾਂ ਨੂੰ ਉਹ ਬ੍ਰਹਮਾ ਹੈ। ਉਸ ਤੋਂ ਬਾਅਦ ਜਿਹੜੀ ਹੋਰ ਥਿਅਰੀ ਦਿੱਤੀ ਗਈ ਸੀ ਦੈਟ ਵਾਜ਼ ਥਿਅਰੀ ਆਫ ਏ ਬਾਇਓਜੈਨੇਸਿਸ। ਇਸ ਵਿੱਚ ਕਿਹਾ ਗਿਆ ਸੀ ਕਿ ਜਿਹੜੀ ਲਾਈਫ ਦੀ ਉਤਪਤੀ ਹੈ ਉਹ ਨੋਨ ਲਿਵਿੰਗ ਮੈਟਰਸ ਤੋਂ ਹੋਈ, ਜਿਵੇਂ ਕਿ ਹੈਲਮਟ ਨੇ ਇਸ ਦੇ ਵਿੱਚ ਕਿਹਾ ਕਿ ਜੇ ਅਸੀਂ ਹਿਊਮਨ ਸਵੈਟ ਅਤੇ ਵੀਟ ਗ੍ਰੇਨਸ ਨੂੰ ਇਕੱਠੇ ਰੱਖ ਦੇਈਏ ਡਾਰਕ ਕਬੋਰਡ ਦੇ ਅੰਦਰ ਫੋਰ 21 ਡੇਜ਼ ਤਾਂ ਉਹ ਮਾਈਸ ਨੂੰ ਪੈਦਾ ਕਰਦਾ, ਚੂਹਿਆਂ ਨੂੰ ਪੈਦਾ ਕਰਦਾ। ਇਸੇ ਤਰ੍ਹਾਂ ਇਹ ਕਿਹਾ ਗਿਆ ਕਿ ਜਿਹੜੀ ਰਿਵਰ ਨਾਈਲ ਹੈ ਉਸ ਦੀ ਮੱਡ ਤੋਂ ਰੈਪਟਾਈਲਸ ਪੈਦਾ ਹੋਏ, ਸੈਲਾਮੈਂਡਰਸ ਵਗੈਰਾ ਪੈਦਾ ਹੋਏ। ਲੇਕਿਨ ਇਹ ਥਿਅਰੀ ਨੂੰ ਰਿਜੈਕਟ ਕਰ ਦਿੱਤਾ ਗਿਆ ਅਤੇ ਇਸ ਥਿਅਰੀ ਨੂੰ ਰਿਜੈਕਟ ਕਰਨ ਵਾਲੇ ਜਿਹੜੇ ਮੇਜਰ ਸਾਇੰਟਿਸਟ ਸੀ ਉਹ ਸੀ ਰੈਡੀ ਸਪੈਲੇਨਜੈਨੀ ਪਾਸਚਰ। ਉਹਨਾਂ ਨੇ ਕਿਹਾ ਕਿ ਜਿਹੜੀ ਲਾਈਫ ਹੈ ਉਹ ਪ੍ਰੀ ਐਗਜ਼ਿਸਟਿੰਗ ਲਾਈਫ ਤੋਂ ਫਾਰਮ ਹੁੰਦੀ ਹੈ। ਉਸ ਤੋਂ ਬਾਅਦ ਬੱਚੇ ਉਹ ਥਿਅਰੀ ਅਸੀਂ ਪੜ੍ਹੀ ਸੀ ਦੈਟ ਵਾਜ਼ ਦ ਥਿਅਰੀ ਆਫ ਕੈਟਾਸਟ੍ਰੋਫਿਜ਼ਮ। ਉਸ ਵਿੱਚ ਕਿਹਾ ਗਿਆ ਕਿ ਜਿਹੜੀ ਲਾਈਫ ਦੀ ਉਤਪਤੀ ਸੀ ਉਹ ਉਦੋਂ ਹੁੰਦੀ ਹੈ ਕਿ ਉਸ ਤੋਂ ਪਹਿਲਾਂ ਜਿਹੜਾ ਹੈ ਕੋਈ ਨਾ ਕੋਈ ਨੈਚੁਰਲ ਕੈਟਾਸਟ੍ਰੋਫ ਹੁੰਦਾ ਹੈ, ਜਿਵੇਂ ਕਿ ਅਰਥਕੁਏਕਸ ਹੋ ਗਏ, ਫਲੱਡਸ ਵਗੈਰਾ ਆ ਗਏ। ਲੇਕਿਨ ਇਹ ਥਿਅਰੀਜ਼ ਵੀ ਰਿਜੈਕਟ ਕਰ ਦਿੱਤੀਆਂ ਗਈਆਂ। ਉਸ ਤੋਂ ਬਾਅਦ ਜਿਹੜੀ ਥਿਅਰੀ ਅਸੀਂ ਪੜ੍ਹੀ ਸੀ ਦੈਟ ਵਾਜ਼ ਦਾ ਕੋਸਮੋਜੋਇਕ ਥਿਅਰੀ। ਉਸ ਥਿਅਰੀ ਵਿੱਚ ਇਹ ਕਿਹਾ ਗਿਆ ਕਿ ਲਾਈਫ ਜਿਹੜੀ ਸੀ ਉਹ ਧਰਤੀ ਦੇ ਉੱਪਰ ਆਈ ਇਨ ਦਾ ਫਾਰਮ ਆਫ ਸਪੋਰਸ ਫਰੋਮ ਹੈਵਨਲੀ ਬੋਡੀਜ਼। ਲੇਕਿਨ ਇਹ ਥਿਅਰੀ ਵੀ ਐਕਸਪਲੇਨ ਨਹੀਂ ਕਰ ਪਾਈ ਕਿ ਸਪੋਰਸ ਜਿਹੜੇ ਸੀ ਉਹ ਕਿੱਥੋਂ ਆਏ। ਸੋ ਬੱਚੋ ਇਹ ਜਿਹੜੀਆਂ ਕੁਐਰੀਜ਼ ਸੀਗੀਆਂ ਕਿ ਲਾਈਫ ਦੀ ਉਤਪਤੀ ਕਿਵੇਂ ਹੋਈ, ਅਲੱਗ ਅਲੱਗ ਸਾਇੰਟਿਸਟ ਨੇ ਰਿਸਰਚਿਸ ਕੀਤੀਆਂ। ਡਾਰਵਿਨ ਨੇ ਕਿਹਾ ਕਿ ਜਿਹੜੀ ਲਾਈਫ ਸੀਗੀ ਉਹ ਨੋਨ ਲਿਵਿੰਗ ਮੈਟਰ ਤੋਂ ਪੈਦਾ ਹੋਈ, ਔਰ ਕਿਉਂਕਿ ਉਸ ਟਾਈਮ ਜਿਹੜੀਆਂ ਕੰਡੀਸ਼ਨ ਸੀ ਇਸ ਧਰਤੀ ਦੇ ਉੱਪਰ, ਪ੍ਰਿਮੇਟਿਵ ਅਰਥ ਦੇ ਉੱਪਰ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਇਸ ਪ੍ਰੈਜੈਂਟ ਕੰਡੀਸ਼ਨਸ ਨਾਲੋਂ ਬਿਲਕੁਲ ਡਿਫਰੈਂਟ ਸੀਗੀਆਂ। ਸੋ ਇਸ ਪੁਆਇੰਟ ਨੂੰ, ਡਾਰਵਿਨ ਦੇ ਇਸ ਪੁਆਇੰਟ ਨੂੰ, ਇਸ ਆਈਡੀਆ ਨੂੰ ਓਪੇਰਿਨ ਅਤੇ ਹੈਲਡਿਨ ਦੋ ਸਾਇੰਟਿਸਟ ਨੇ ਪਕੜ ਲਿਆ, ਔਰ ਫਿਰ ਉਹਨਾਂ ਨੇ ਆਪਣੀ ਨਵੀਂ ਥਿਅਰੀ ਦਿੱਤੀ ਦੈਟ ਵਾਜ਼ ਕਾਲਡ ਐਜ਼ ਓਪੇਰਿਨ ਹੈਲਡਿਨ ਥਿਅਰੀ, ਜਾਂ ਉਸ ਨੂੰ ਅਸੀਂ ਮਾਡਰਨ ਥਿਅਰੀ ਦਾ ਨਾਮ ਵੀ ਦਿੰਦੇ ਹਾਂ। ਸੋ ਬੱਚੋ ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਉਹ ਹੈ ਮਾਡਰਨ ਔਰ ਓਪੇਰਿਨ ਹੈਲਡਿਨ ਥਿਅਰੀ। ਇਸ ਥਿਅਰੀ ਨੂੰ ਬੱਚੋ ਕੀ ਕਿਹਾ ਜਾਂਦਾ ਹੈ, ਦੈਟ ਇਜ਼ ਆਲਸੋ ਕਾਲਡ ਐਜ਼ ਕੈਮੀਕਲ ਥਿਅਰੀ ਔਰ ਨੈਚੁਰਲਿਸਟਿਕ ਥਿਅਰੀ। ਸੋ ਇਸ ਥਿਅਰੀ ਦੇ ਅਕੋਰਡਿੰਗ ਓਪੇਰਿਨ ਅਤੇ ਹੈਲਡਿਨ ਨੇ ਕਿਹਾ ਕਿ ਜਿਹੜੀ ਪ੍ਰਿਮੇਟਿਵ ਲਾਈਫ ਹੈ ਉਹ ਕਿੱਥੇ ਪੈਦਾ ਹੋਈ, ਪ੍ਰਿਮੇਟਿਵ ਅਰਥ ਦੇ ਉੱਪਰ ਪੈਦਾ ਹੋਈ, ਬਟ ਇਟ ਵਾਜ਼ ਓਰੀਜੀਨੇਟਿਡ ਇਨ ਵਾਟਰ ਬੋਡੀਜ਼। ਕਿੱਥੋਂ ਫਾਰਮ ਹੋਈ, ਦੈਟ ਵਾਜ਼ ਫਾਰਮਡ ਫਰੋਮ ਇਨਐਨੀਮੇਟ ਮੈਟਰ, ਨੋਨ ਲਿਵਿੰਗ ਮੈਟਰ ਤੋਂ ਪੈਦਾ ਹੋਈ, ਬਟ ਇਟ ਟੁੱਕ ਪਲੇਸ ਥਰੂ ਦ ਕੈਮੀਕਲ ਰਿਐਕਸ਼ਨ। ਸੋ ਇਹਦਾ ਮਤਲਬ ਕੀ ਹੋਈ, ਤਾਂ ਪ੍ਰਿਮੇਟਿਵ ਅਰਥ ਦੇ ਉੱਪਰ ਕੀ ਹੋਇਆ, ਕੈਮੀਕਲ ਐਵੋਲਿਊਸ਼ਨ ਹੋਈ। ਸੋ ਪ੍ਰਿਮੇਟਿਵ ਲਾਈਫ ਓਰੀਜੀਨੇਟਿਡ ਇਨ ਵਾਟਰ ਬੋਡੀਜ਼, ਜਿਵੇਂ ਓਸ਼ਨਸ ਹੈ, ਰਿਵਰਸ ਹੈ, ਸੀਜ਼ ਹੈ ਉਸ ਟਾਈਮ 'ਤੇ, ਔਨ ਪ੍ਰਿਮੇਟਿਵ ਅਰਥ ਫਰੋਮ ਇਨਐਨੀਮੇਟ ਮੈਟਰ ਬਾਏ ਕੈਮੀਕਲ ਐਵੋਲਿਊਸ਼ਨ ਥਰੂ ਸੀਰੀਜ਼ ਆਫ ਕੈਮੀਕਲ ਰਿਐਕਸ਼ਨਸ। ਸੋ ਉਸ ਧਰਤੀ ਦੇ ਉੱਪਰ, ਉਸ ਪ੍ਰਿਮੇਟਿਵ ਅਰਥ ਦੇ ਉੱਪਰ ਜਿਹੜਾ ਸੀ ਕੈਮੀਕਲ ਰਿਐਕਸ਼ਨਸ ਦੇ ਨਾਲ ਲਾਈਫ ਦੀ ਉਤਪਤੀ ਹੋਈ। ਸੋ ਬੱਚੋ ਇਸ ਦੇ ਵਿੱਚ ਜਿਹੜੇ ਮੇਜਰ ਸਟੈਪ ਹੈ, ਫਸਟ ਸਟੈਪ ਜਿਹੜਾ ਹੈ ਦੈਟ ਇਜ਼ ਕੈਮੀਕਲ ਐਵੋਲਿਊਸ਼ਨ। ਇਹ ਅਸੀਂ ਸਟੱਡੀ ਕਰਾਂਗੇ ਹੁਣੀ ਕਿ ਕਿਸ ਤਰ੍ਹਾਂ ਧਰਤੀ ਦੇ ਉੱਪਰ ਪ੍ਰਿਮੇਟਿਵ ਐਟਮੋਸਫੇਅਰ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਸੀ ਰਿਐਕਸ਼ਨਸ ਹੁੰਦੇ ਗਏ। ਸੋ ਬੱਚੋ ਇਸ ਵਿੱਚ ਫਸਟ ਜਿਹੜਾ ਸਟੈਪ ਹੈ
ਇਹਦੇ ਵਿੱਚ ਕਈ ਸਾਰੇ ਇਵੈਂਟਸ ਹੈ, ਆਪਾਂ ਸਟੈਪ ਬਾਈ ਸਟੈਪ ਜਿਹੜੇ ਹੈ ਇਹਨਾਂ ਇਵੈਂਟਸ ਨੂੰ ਡਿਸਕਸ ਕਰਾਂਗੇ। ਫਸਟ ਜਿਹੜਾ ਹੈ ਉਹ ਹੈ ਫਾਰਮੇਸ਼ਨ ਆਫ ਇਨਆਰਗੈਨਿਕ ਮੋਲੀਕਿਊਲਸ। ਸੋ ਬੱਚੋ, ਇਨਆਰਗੈਨਿਕ ਮੋਲੀਕਿਊਲਸ ਕਿਵੇਂ ਬਣੇ? ਜਿਹੜਾ ਪ੍ਰਿਮਿਟਿਵ ਅਰਥ ਸੀ, ਅਰਲੀ ਅਰਥ ਸੀ, ਉਸ ਦੇ ਉੱਪਰ ਬੱਚੋ ਜਿਹੜਾ ਟੈਂਪਰੇਚਰ ਸੀ ਦੈਟ ਵਾਸ ਵੈਰੀ ਹਾਈ, 4000 ਤੋਂ ਲੈ ਕੇ 8000 ਡਿਗਰੀ ਸੈਂਟੀਗ੍ਰੇਡ ਤੱਕ ਉਸ ਟਾਈਮ ਦੇ ਉੱਪਰ ਟੈਂਪਰੇਚਰ ਸੀ। ਸੋ ਬੱਚੋ, ਜੇ ਇੰਨਾ ਹਾਈ ਟੈਂਪਰੇਚਰ ਹੋਵੇ ਤਾਂ ਐਟਮਸ ਦੇ ਵਿੱਚ ਬੋਂਡਿੰਗ ਨਹੀਂ ਹੋ ਸਕਦੀ, ਕਿਉਂਕਿ ਜਿਹੜਾ ਹਾਈ ਟੈਂਪਰੇਚਰ ਹੈ ਉਹ ਬੋਂਡਿੰਗ ਨੂੰ ਡਿਸਟਰਪਟ ਕਰਦਾ ਹੈ। ਸੋ ਇਸ ਹਾਈ ਟੈਂਪਰੇਚਰ ਨੇ, ਦੈਟ ਇਜ਼ ਅਬਾਊਟ 4000 ਟੂ 8000 ਡਿਗਰੀ ਜਿਹੜਾ ਟੈਂਪਰੇਚਰ ਸੀ, ਉਸ ਨੇ ਕੀ ਨਹੀਂ ਕਰਨ ਦਿੱਤਾ, ਐਟਮਸ ਦੇ ਵਿੱਚ ਬੋਂਡਸ ਨਹੀਂ ਬਣਨ ਦਿੱਤੇ। ਬਟ ਲੇਟਰ ਔਨ ਜਿਹੜੀ ਅਰਥ ਸੀ ਦੈਟ ਕੂਲ ਡਾਊਨ, ਉਹ ਕੂਲ ਹੋ ਗਈ, ਐਂਡ ਕੂਲਿੰਗ ਆਫ ਅਰਥ ਦੈਟ ਲੈਡ ਫਰੀ ਐਟਮਸ ਟੂ ਫਾਰਮ ਇਨਆਰਗੈਨਿਕ ਮੋਲੀਕਿਊਲਸ। ਸੋ ਬੱਚਿਓ, ਉਸ ਟਾਈਮ ਜਿਹੜੀ ਅਰਥ ਦੇ ਉੱਪਰ, ਪ੍ਰਿਮੇਟਿਵ ਅਰਥ ਦੇ ਉੱਪਰ ਐਟਮਸ ਜਿਹੜੇ ਸੀ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਬਹੁਤ ਮੀਗਰ ਅਮਾਊਂਟ ਵਿੱਚ ਸੀ, ਬਹੁਤ ਘੱਟ ਅਮਾਊਂਟ ਦੇ ਵਿੱਚ ਸੀ, ਇਹ ਫਰੀ ਐਟਮਸ ਪਏ ਸੀ। ਸੋ ਜਦੋਂ ਅਰਥ ਕੂਲ ਹੋਈ ਤਾਂ ਇਹ ਐਟਮਸ ਜਿਹੜੇ ਸੀ ਨੇੜੇ ਆਏ, ਔਰ ਇਹਨਾਂ ਵਿੱਚ ਬੋਂਡਿੰਗ ਹੋਣੀ ਸ਼ੁਰੂ ਹੋ ਗਈ, ਅਤੇ ਇਹਨਾਂ ਨੇ ਕੀ ਬਣਾਉਣੇ ਸ਼ੁਰੂ ਕਰ ਦਿੱਤੇ, ਦੇ ਫਾਰਮ ਦ ਇਨਆਰਗੈਨਿਕ ਮੋਲੀਕਿਊਲਸ। ਸੋ ਬੱਚੋ, ਐਟਮਸ ਆਫ ਲਾਈਟਰ ਐਲੀਮੈਂਟਸ ਲਾਈਕ ਹਾਈਡਰੋਜਨ, ਨਾਈਟ੍ਰੋਜਨ, ਕਾਰਬਨ ਐਂਡ ਵੈਰੀ ਸਮਾਲ ਅਮਾਊਂਟ ਆਫ ਆਕਸੀਜਨ ਜੇ ਪ੍ਰੈਜੈਂਟ ਸੀ, ਅਦਰਵਾਈਜ਼ ਤਾਂ ਐਬਸੈਂਟ ਸੀ ਉਸ ਟਾਈਮ 'ਤੇ ਪ੍ਰਿਮੇਟਿਵ ਐਟਮੋਸਫੇਅਰ ਦੇ ਵਿੱਚ, ਬਹੁਤ ਘੱਟ ਅਮਾਊਂਟ ਦੇ ਵਿੱਚ ਆਕਸੀਜਨ ਪ੍ਰੈਜੈਂਟ ਸੀ, ਐਂਡ ਦੈਟ ਰਿਐਕਟਿਡ ਟੂ ਫਾਰਮ, ਸੋ ਤੁਹਾਨੂੰ ਸਲਾਈਡ ਦੇ ਵਿੱਚ ਨਜ਼ਰ ਆ ਰਿਹਾ, ਦੈਟ ਫਾਰਮਡ ਮੋਲੀਕਿਊਲਸ ਆਫ ਹਾਈਡਰੋਜਨ, ਅਮੋਨੀਆ, ਮੀਥੇਨ, ਕਾਰਬਨ ਮੋਨੋਆਕਸਾਈਡ ਟੂ ਸਮ ਐਕਸਟੈਂਟ, ਕਾਰਬਨ ਡਾਈਆਕਸਾਈਡ ਐਜ ਵੈਲ ਐਜ ਵਾਟਰ ਵੇਪਰਸ। ਸੋ ਐਟਮਸ ਤੋਂ ਕੀ ਬਣਨੇ ਸ਼ੁਰੂ ਹੋ ਗਏ? ਮੋਲੀਕਿਊਲਸ। ਸੋ ਐਟਮਸ ਨੇ ਕੀ ਬਣਾਏ? ਦੇ ਫਾਰਮ ਹਾਈਡਰੋਜਨ, ਅਮੋਨੀਆ, ਮੀਥੇਨ, ਕਾਰਬਨ ਡਾਈਆਕਸਾਈਡ, ਵਾਟਰ ਵੇਪਰਸ। ਸੈਕਿੰਡ ਸਟੈਪ ਸੜਕੋ ਵਿੱਚੋਂ, ਜਿਹੜਾ ਸੈਕਿੰਡ ਸਟੈਪ ਹੈ ਦੈਟ ਇਜ਼ ਦ ਫਾਰਮੇਸ਼ਨ ਆਫ ਸਿੰਪਲ ਔਰਗੈਨਿਕ ਮੋਲੀਕਿਊਲਸ। ਸੋ ਸਿੰਪਲ ਔਰਗੈਨਿਕ ਮੋਲੀਕਿਊਲਸ ਕਿਵੇਂ ਬਣੇ? ਹੁਣੇ ਆਪਾਂ ਡਿਸਕਸ ਕੀਤਾ ਕਿ ਅਮੋਨੀਆ ਬਣਿਆ, ਮੀਥੇਨ ਬਣਿਆ, ਵਾਟਰ ਵੇਪਰਸ ਬਣੇ, ਕਾਰਬਨ ਡਾਈਆਕਸਾਈਡ ਬਣੀ, ਕਾਰਬਨ ਮੋਨੋਆਕਸਾਈਡ ਬਣੇ। ਸੋ ਇਹ ਜਿਹੜੇ ਮੋਲੀਕਿਊਲ ਸੀ, ਪ੍ਰਿਮੇਟਿਵ ਇਨਔਰਗੈਨਿਕ ਮੋਲੀਕਿਊਲ ਸੀ ਬੱਚੋ, ਇਹ ਵਾਟਰ ਬਾਡੀਜ਼ ਦੇ ਵਿੱਚ ਪ੍ਰੈਜੈਂਟ ਸੀਗੇ, ਇਹਨਾਂ ਨੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ, ਐਂਡ ਦੇ ਫਾਰਮ ਦ ਸਿੰਪਲ ਔਰਗੈਨਿਕ ਮੋਲੀਕਿਊਲਸ। ਸਿੰਪਲ ਔਰਗੈਨਿਕ ਮੋਲੀਕਿਊਲਸ ਦਾ ਮੀਨਿੰਗ ਕੀ ਹੋਇਆ? ਮੋਨੋਮਰਸ। ਸੋ ਇਹਨਾਂ ਨੇ ਔਰਗੈਨਿਕ ਮੋਲੀਕਿਊਲਸ ਬਣਾਏ, ਜਿਵੇਂ ਕਿ ਐਲਕੋਹਲਸ, ਐਲਡੀਹਾਈਡਸ, ਫੈਟੀ ਐਸਿਡਸ, ਗਲਿਸਟਰੋਲ, ਸਿੰਪਲ ਸ਼ੂਗਰਸ, ਪਿਊਰਿਨਸ ਐਂਡ ਪਿਰਿਮਿਡਿਨਸ। ਸੋ ਜਿਹੜੇ ਅਸੀਂ ਹੁਣੇ ਡਿਸਕਸ ਕੀਤਾ ਕਿ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਬਣਿਆ, ਅਮੋਨੀਆ ਬਣਿਆ, ਵਾਟਰ ਵੇਪਰਸ ਬਣੇ, ਬੱਚੋ ਇਹਨਾਂ ਨੇ ਆਪਸ ਵਿੱਚ ਵਾਟਰ ਬਾਡੀਜ਼ ਦੇ ਅੰਦਰ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ, ਅਤੇ ਕਿਸ ਨੂੰ ਫਾਰਮ ਕੀਤਾ? ਸਿੰਪਲ ਔਰਗੈਨਿਕ ਮੋਲੀਕਿਊਲਸ, ਜਾਂ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ, ਮੋਨੋਮਰਸ ਕਹਿ ਦਿੰਦੇ ਹਾਂ, ਉਹ ਕੰਪਾਊਂਡਸ ਇਹਨਾਂ ਨੇ ਬਣਾਏ। ਕਿਹੜੇ ਕਿਹੜੇ ਬਣੇ? ਐਲਕੋਹਲਸ, ਐਲਡੀਹਾਈਡਸ, ਫੈਟੀ ਐਸਿਡਸ, ਗਲਿਸਟਰੋਲ, ਸਿੰਪਲ ਸ਼ੂਗਰਸ, ਪਿਊਰਿਨਸ ਐਂਡ ਪਿਰਿਮਿਡਿਨਸ। ਸੋ ਬੱਚੋ, ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਇਹਨਾਂ ਸਾਰੇ ਮੋਲੀਕਿਊਲਸ ਨੂੰ ਬਣਾਉਣ ਵਾਸਤੇ, ਇਹਨਾਂ ਸਾਰੇ ਰਿਐਕਸ਼ਨਸ ਨੂੰ ਕੈਰੀ ਆਊਟ ਕਰਨ ਵਾਸਤੇ ਜਿਹੜੀ ਮੇਜਰ ਐਨਰਜੀ ਸੀ, ਉਹ ਕਿਸਨੇ ਪ੍ਰੋਵਾਈਡ ਕੀਤੀ? ਦੈਟ ਵਾਸ ਪ੍ਰੋਵਾਈਡਿਡ ਬਾਏ ਸਨ, ਸੋਲਰ ਰੇਡੀਏਸ਼ਨਸ ਦੇ ਥਰੂ ਇਹ ਐਨਰਜੀ ਆਈ, ਜਾਂ ਇਲੈਕਟ੍ਰਿਕ ਡਿਸਚਾਰਜ ਦੇ ਥਰੂ ਆਈ। ਸੋ ਬੱਚੋ, ਇਹ ਜਿਹੜੇ ਰਿਐਕਸ਼ਨ ਸੀਗੇ, ਇਹ ਹੋ ਤਾਂ ਪ੍ਰਿਮੇਟਿਵ ਐਟਮੋਸਫੇਅਰ ਦੇ ਵਿੱਚ ਹੀ ਰਹੇ ਸੀਗੇ, ਲੇਕਿਨ ਕਿੱਥੇ ਕੈਰੀ ਆਊਟ ਹੋ ਰਹੇ ਸੀ? ਦੇ ਵਰ ਕੈਰੀਡ ਆਊਟ ਇਨ ਦਾ ਵਾਟਰ ਬਾਡੀਜ਼, ਓਸ਼ਨਸ, ਸੀਜ਼ ਵਗੈਰਾ ਦੇ ਵਿੱਚ। ਔਰ ਬੱਚੇ, ਵੀ ਧਿਆਨ ਰੱਖਣਾ ਕਿ ਜਿਹੜੇ ਇਨਔਰਗੈਨਿਕ ਮੋਲੀਕਿਊਲਸ ਬਣੇ ਸੀਗੇ ਐਟਮੋਸਫੇਅਰ ਦੇ ਅੰਦਰ, ਬਣੇ ਸੀ, ਹੁਣੇ ਅਸੀਂ ਪੜ੍ਹ ਕੇ ਹਟੇ ਹਾਂ ਕਿ ਉਹ ਜਿਹੜੇ ਇਨਔਰਗੈਨਿਕ ਮੋਲੀਕਿਊਲ ਸੀ, ਉਹ ਇਸ ਧਰਤੀ ਦੇ ਉੱਪਰ ਕਿਸ ਤਰ੍ਹਾਂ ਆਏ, ਓਸ਼ਨਸ ਜਾਂ ਸਮੁੰਦਰਾਂ ਵਿੱਚ ਕਿਸ ਤਰ੍ਹਾਂ ਆਏ? ਬਾਈ ਮੀਨਸ ਆਫ ਰੇਨ, ਰੇਨ ਡਰੋਪਸ ਜਦੋਂ ਕੰਡੈਂਸ ਹੋਈਆਂ ਤਾਂ ਓਸ਼ਨਸ ਵਿੱਚ ਐਡ ਹੋਈਆਂ, ਅਤੇ ਉਸ ਦੇ ਨਾਲ ਉਹ ਰੇਨ ਜਿਹੜੇ ਡਰੋਪਲੈਟ ਸੀਗੇ, ਉਹਨਾਂ ਨੇ ਰੌਕਸ ਤੋਂ ਵੀ ਉਹਨਾਂ ਇਨਔਰਗੈਨਿਕ
ਮੋਲੀਕਿਊਲਸ ਨੂੰ ਲਿਆਂਦਾ ਤੇ ਸਾਰੇ ਜਿਹੜੇ ਮੋਲੀਕਿਊਲਸ ਸੀਗੇ ਦੇ ਗੋਟ ਐਕਿਊਮੂਲੇਟਡ ਇਨ ਵਾਟਰ ਬੋਡੀਜ਼। ਸੋ ਬੱਚੋ ਜਦੋਂ ਇਹ ਸਾਰੇ ਇਨਆਰਗੈਨਿਕ ਮੋਲੀਕਿਊਲਸ ਆਪਸ ਵਿੱਚ ਇੰਟਰੈਕਟ ਕਰਨੇ ਸ਼ੁਰੂ ਹੋ ਗਏ, ਕੋਲਾਈਡ ਕਰਨੇ ਸ਼ੁਰੂ ਹੋ ਗਏ, ਤਾਂ ਦੈਟ ਲੈਡ ਟੂ ਦਾ ਫਾਰਮੇਸ਼ਨ ਆਫ ਆਰਗੈਨਿਕ ਕੰਪਾਊਂਡਸ ਇਨ ਵਾਟਰ ਬੋਡੀਜ਼। ਸੋ ਇਹ ਸਾਰੇ ਓਸ਼ਨਸ ਔਰ ਸੀਜ਼ ਦੇ ਵਿੱਚ ਇਹ ਆਰਗੈਨਿਕ ਕੰਪਾਊਂਡਸ ਜਿਹੜੇ ਸੀ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ। ਸੋ ਬੱਚੋ ਇਹ ਆਰਗੈਨਿਕ ਕੰਪਾਊਂਡਸ ਦਾ ਬਣਨਾ, ਇਹ ਸਿੰਪਲ ਆਰਗੈਨਿਕ ਮੋਲੀਕਿਊਲਸ ਦਾ ਬਣਨਾ ਜਿਹੜਾ ਸੀ ਉਹ ਦੋ ਮੇਜਰ ਫੈਕਟਰਸ ਕਾਰਨ ਸੀ। ਉਹ ਬੱਚੋ ਕਿਹੜੇ ਦੋ ਮੇਜਰ ਫੈਕਟਰ ਸੀਗੇ? ਇੱਕ ਤਾਂ ਐਬਸੈਂਸ ਆਫ ਕੰਜ਼ਿਊਮਰ, ਦੂਸਰਾ ਜਿਹੜਾ ਮੇਜਰ ਫੈਕਟਰ ਸੀ ਐਬਸੈਂਸ ਆਫ ਆਕਸੀਜਨ। ਸੋ ਦੇਖੀਏ ਅਸੀਂ ਐਬਸੈਂਸ ਆਫ ਕੰਜ਼ਿਊਮਰ, ਬੱਚੋ ਉਸ ਟਾਈਮ ਜਿਹੜੀ ਅਰਥ ਸੀ ਦੈਟ ਵਾਸ ਟੋਟਲੀ ਸਟੇਰਾਇਲ, ਉਸ ਦੇ ਉੱਪਰ ਕੋਈ ਵੀ ਲਿਵਿੰਗ ਔਰਗੈਨਿਜ਼ਮ ਨਹੀਂ ਸੀ, ਕੋਈ ਵੀ ਮਾਈਕਰੋ ਔਰਗੈਨਿਜ਼ਮ ਨਹੀਂ ਸੀ। ਸੋ ਜੇ ਉਹ ਮਾਈਕਰੋ ਔਰਗੈਨਿਜ਼ਮਸ ਹੁੰਦੇ ਤਾਂ ਦੇ ਹੈਡ ਡੈਵਰਡ ਡਾਊਨ ਦੀਜ਼ ਔਰਗੈਨਿਕ ਮੋਲੀਕਿਊਲਸ, ਉਹਨਾਂ ਨੇ ਇਹਨਾਂ ਔਰਗੈਨਿਕ ਮੋਲੀਕਿਊਲਸ ਨੂੰ ਡੀਗ੍ਰੇਡ ਕਰ ਦੇਣਾ ਸੀ, ਖਤਮ ਕਰ ਦੇਣਾ ਸੀਗਾ। ਸੋ ਮੇਜਰ ਬੈਨੀਫਿਟ ਇਹ ਹੋਇਆ ਔਰਗੈਨਿਕ ਮੋਲੀਕਿਊਲਸ ਨੂੰ ਕਿ ਉਸ ਟਾਈਮ ਜਿਹੜੇ ਕੰਜ਼ਿਊਮਰ ਸੀਗੇ ਦੇ ਵਰ ਐਬਸੈਂਟ, ਮਾਈਕਰੋ ਔਰਗੈਨਿਜ਼ਮਸ ਦੇ ਵਰ ਐਬਸੈਂਟ, ਅਰਥਸ ਐਟਮੋਸਫੇਅਰ ਵਾਸ ਟੋਟਲੀ ਸਟੇਰਾਇਲ। ਔਰ ਦੂਸਰਾ ਮੇਜਰ ਫੈਕਟਰ ਜਿਹੜਾ ਸੀਗਾ ਦੈਟ ਵਾਸ ਐਬਸੈਂਸ ਆਫ ਆਕਸੀਜਨ। ਸੋ ਬੱਚੋ ਆਪਾਂ ਲਾਸਟ ਲੈਕਚਰ ਵਿੱਚ ਵੀ ਪੜ੍ਹਿਆ ਸੀ ਕਿ ਜਿਹੜਾ ਪ੍ਰਿਮਿਟਿਵ ਐਟਮੋਸਫੇਅਰ ਸੀ ਉਸ ਟਾਈਮ ਦੇ ਉੱਪਰ ਉਹ ਕਿਹੜਾ ਸੀਗਾ? ਦੈਟ ਵਾਸ ਰਿਡਿਊਸਿੰਗ ਐਟਮੋਸਫੇਅਰ, ਆਕਸੀਜਨ ਵਾਸ ਆਈਦਰ ਟੋਟਲੀ ਐਬਸੈਂਟ ਔਰ ਇਟ ਵਾਸ ਇਨ ਵੈਰੀ ਲਿਟਲ ਅਮਾਊਂਟ। ਅਤੇ ਇਹ ਜਿਹੜਾ ਆਕਸੀਜਨ ਦੀ ਐਬਸੈਂਸ ਦੇ ਕਾਰਨ ਇਹ ਜਿਹੜੇ ਔਰਗੈਨਿਕ ਮੋਲੀਕਿਊਲਸ ਹੈ ਉਹ ਆਪਸ ਵਿੱਚ ਰਿਐਕਟ ਕਰਦੇ ਰਹੇ, ਅਦਰਵਾਈਜ਼ ਕੀ ਹੋਣਾ ਸੀ? ਇਹਨਾਂ ਦੀ ਜਿਹੜੀ ਸੀ ਆਕਸੀਡੇਸ਼ਨ ਹੋ ਜਾਣੀ ਸੀ। ਸੋ ਬੱਚਿਓ ਇਹ ਜਿਹੜਾ ਇਹਨਾਂ ਨੇ ਔਰਗੈਨਿਕ ਮੋਲੀਕਿਊਲਸ ਬਣੇ, ਇਸ ਲਈ ਮਿਲਰ ਐਂਡ ਯੂਰੇ ਨੇ ਐਕਸਪੈਰੀਮੈਂਟਲੀ ਪ੍ਰੂਵ ਕੀਤਾ ਕਿ ਵਾਕਈ ਅਰਥ ਦੇ ਉੱਪਰ ਇਨਆਰਗੈਨਿਕ ਮੋਲੀਕਿਊਲਸ ਤੋਂ ਔਰਗੈਨਿਕ ਮੋਲੀਕਿਊਲਸ ਬਣੇ, ਸਿੰਪਲ ਔਰਗੈਨਿਕ ਮੋਲੀਕਿਊਲਸ ਬਣੇ। ਮਿਲਰ ਜਿਹੜਾ ਸੀ ਹੀ ਵਾਸ ਅ ਬਾਇਓਕੈਮਿਸਟ ਐਂਡ ਯੂਰੇ ਜਿਹੜਾ ਸੀਗਾ ਉਹ ਸੀ ਐਸਟ੍ਰੋਨੋਮਰ। ਇਹਨਾਂ ਦੋਨਾਂ ਨੇ ਲੈਬੋਰਟਰੀ ਦੇ ਵਿੱਚ ਪ੍ਰਿਮੇਟਿਵ ਅਰਥੀਆਂ ਕੰਡੀਸ਼ਨਸ ਨੂੰ ਸਾਈਮੂਲੇਟ ਕੀਤਾ, ਬਿਲਕੁਲ ਉਸੇ ਤਰ੍ਹਾਂ ਦੀ ਕਾਪੀ ਕੀਤੀ, ਐਂਡ ਦੇ ਡਿਜ਼ਾਈਨਡ ਦ ਗਲਾਸ ਐਪਰੇਟਸ। ਉਹਨਾਂ ਨੇ ਕੀ ਡਿਜ਼ਾਈਨ ਕੀਤਾ ਲੈਬੋਰਟਰੀ ਦੇ ਅੰਦਰ? ਇੱਕ ਐਸਾ ਗਲਾਸ ਐਪਰੇਟਸ ਜਿਹੜਾ ਸੀਗਾ ਬਣਾਇਆ ਜਿਸ ਵਿੱਚ ਕਿ ਉਹਨਾਂ ਨੇ ਪ੍ਰਿਮੇਟਿਵ ਅਰਥ ਦੀਆਂ ਕੰਡੀਸ਼ਨਸ ਨੂੰ ਸਾਈਮੂਲੇਟ ਕੀਤਾ। ਸੋ ਦੇ ਡਿਜ਼ਾਈਨਡ ਗਲਾਸ ਐਪਰੇਟਸ ਸਾਈਮੂਲੇਟਿੰਗ ਕੰਡੀਸ਼ਨਸ ਔਨ ਦਾ ਅਰਥ। ਸੋ ਬੱਚਿਓ ਉਸ ਦੇ ਵਿੱਚ ਕੀ ਪ੍ਰੈਜੈਂਟ ਸੀ ਉਸ ਗਲਾਸ ਐਪਰੇਟਸ ਦੇ ਵਿੱਚ? ਅਸੀਂ ਡਾਇਗਰਾਮ ਦੇ ਵਿੱਚ ਦੇਖਦੇ ਹਾਂ। ਸੋ ਤੁਹਾਨੂੰ ਡਾਇਗਰਾਮ ਨਜ਼ਰ ਆ ਰਹੀ ਹੈ, ਦੇਅਰ ਵਾਜ ਦਾ ਗੈਸ ਫਲਾਸਕ, ਦੇਅਰ ਵਾਜ ਕੰਡੈਂਸਰ, ਦੇਅਰ ਵਾਜ ਦਾ ਲਿਕੁਇਡ ਫਲਾਸਕ, ਐਂਡ ਆਲ ਦੀਜ਼ ਫਲਾਸਕ ਔਰ ਕੰਡੈਂਸਰਸ ਦੇ ਵਰ ਇੰਟਰਕੋਨੈਕਟਿਡ ਬਾਈ ਮੀਨਸ ਆਫ ਦਾ ਟਿਊਬਸ। ਇਹਨਾਂ ਦੇ ਨਾਲ ਆਪਸ ਦੇ ਵਿੱਚ ਟਿਊਬਸ ਨਾਲ ਇੰਟਰਲਿੰਕ ਸੀ। ਸੋ ਬੱਚਿਓ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇਹ ਗੈਸ ਫਲਾਸਕ ਦੇ ਅੰਦਰ ਦੇ ਟੋਕ ਦਿਸ ਮੀਥੇਨ, ਅਮੋਨੀਆ ਐਂਡ ਹਾਈਡਰੋਜਨ, ਇਹ ਤਿੰਨਾਂ ਨੂੰ 2:2:1 ਇਸ ਰੇਸ਼ੋ ਦੇ ਵਿੱਚ ਸਰਕੂਲੇਟ ਕੀਤਾ, ਪਲੱਸ ਵਾਟਰ ਵੇਪਰਸ, ਐਂਡ ਦੇ ਪੁੱਟ ਦਾ ਇਲੈਕਟ੍ਰਿਕ ਡਿਸਚਾਰਜ ਆਫ 75,000 ਬੋਲਟਸ ਫਰੋਮ ਦਾ ਇਲੈਕਟ੍ਰੋਡਸ। ਸੋ ਇਹ ਲਾਈਟਨਿੰਗ ਨੂੰ ਸਾਈਮੂਲੇਟ ਕਰ ਰਿਹਾ ਸੀਗਾ। ਇਹਨਾਂ ਨੂੰ ਉਸਨੇ ਕੰਡੈਂਸ ਕੀਤਾ, ਉਸ ਤੋਂ ਬਾਅਦ ਸਰਕੂਲੇਟ ਕਰਨ ਤੋਂ ਬਾਅਦ ਕੰਡੈਂਸ ਕੀਤਾ, ਔਰ ਕੰਡੈਂਸ ਕਰਨ ਤੋਂ ਬਾਅਦ ਦੇ ਟੁੱਕ ਇਟ ਇਨ ਦਾ ਬੋਇਲਿੰਗ ਫਲਾਸਕ, ਲਿਕੁਇਡ ਫਲਾਸਕ ਦੇ ਅੰਦਰ ਲੈ ਗਏ, ਔਰ ਲਿਕੁਇਡ ਫਲਾਸਕ ਦੇ ਵਿੱਚ ਉਹਨਾਂ ਨੇ ਇਲੈਕਟ੍ਰਿਕ ਹੀਟਰ ਦੇ ਨਾਲ ਉਸਨੂੰ ਹੀਟ ਪ੍ਰੋਵਾਈਡ ਕੀਤੀ। ਸੋ ਪ੍ਰਿਮੇਟਿਵ ਅਰਥ ਦੇ ਉੱਪਰ ਜਿਹੜਾ ਟੈਂਪਰੇਚਰ ਸੀ ਉਹ ਬਹੁਤ ਹੌਟ ਸੀਗਾ, ਬਿਲਕੁਲ ਉਹਨਾਂ ਨੇ ਪ੍ਰਿਮੇਟਿਵ ਅਰਥ ਵਾਲੀਆਂ ਕੰਡੀਸ਼ਨਸ ਨੂੰ ਸਾਈਮੂਲੇਟ ਕਰ ਲਿਆ, ਐਂਡ ਦੇ ਕੰਡਕਟਡ ਦਿਸ ਐਕਸਪੈਰੀਮੈਂਟ ਫਾਰ ਅਬਾਊਟ 18 ਡੇਜ਼। 18 ਦਿਨ ਤੱਕ ਉਹਨਾਂ ਨੇ ਇਸ ਐਕਸਪੈਰੀਮੈਂਟ ਨੂੰ ਕੰਟੀਨਿਊ ਰੱਖਿਆ। ਅਤੇ ਜਦੋਂ ਬੱਚੇ ਉਹਨਾਂ ਨੇ ਇਸ ਨੂੰ ਵਾਟਰ ਨੂੰ ਲਿਆ, ਵਾਟਰ ਲਿਆ ਤਾਂ ਉਸਨੂੰ ਚੈੱਕ ਕੀਤਾ ਗਿਆ, ਐਨਾਲਾਈਜ਼ ਕੀਤਾ ਗਿਆ ਬਾਈ ਮੀਨਸ ਆਫ ਡਿਫਰੈਂਟ ਮੈਥਡਸ, ਤਾਂ ਉਹਨਾਂ ਨੂੰ ਕੀ ਮਿਲਿਆ? ਉਹਨਾਂ ਵਿੱਚੋਂ ਦੇ ਗੋਟ ਦ ਮਿਕਸਚਰ ਆਫ ਆਰਗੈਨਿਕ ਕੰਪਾਊਂਡਸ। ਕਿਹੜੇ ਆਰਗੈਨਿਕ ਕੰਪਾਊਂਡ ਸੀਗੇ? ਅਮਾਈਨੋ ਐਸਿਡਸ, ਐਡੇਨੀਨ, ਰਾਈਬੋ ਸ਼ੂਗਰ, ਸਿੰਪਲ ਜਿਹੜੇ ਔਰਗੈਨਿਕ ਮੋਲੀਕਿਊਲ ਸੀ ਉਹ ਫਾਰਮ ਹੋਏ ਇਨ ਦਾ ਗੈਸ ਫਲਾਸਕ, ਐਂਡ ਫਰੋਮ ਦਾ ਗੈਸ ਫਲਾਸਕ ਦੇ ਵਰ ਕੈਰੀਡ ਟੂ ਦਾ ਲਿਕੁਇਡ ਫਲਾਸਕ ਬਾਏ ਮੀਨਸ ਆਫ ਦਾ ਕੰਡੈਂਸਰ, ਕੰਡੈਂਸਰ ਦੇ ਨਾਲ ਲਿਕੁਇਡ ਫਲਾਸਕ ਤੱਕ ਉਹ ਕੈਰੀ ਆਊਟ ਹੋਏ। ਸੋ
ही सर्कुलेटेड मिक्सचर ऑफ किदा मिक्सचर सर्कुलेट किया मीथेन अमोनिया हाइड्रोजन का किस रेशो विच 2:2:1 ते नाल ही वाटर वेपर्स और इसलिए एनर्जी कितों दिती दैट एनर्जी फॉर इंटरैक्शन ऑफ गैसेस वॉज गिवन इन फॉर्म ऑफ इलेक्ट्रिक स्पार्क्स ऑफ 75,000 वोल्ट्स फ्रॉम इलेक्ट्रोड्स इन फ्लास्क। हुणे तुसी डायग्राम दे विच देखिया सीगा दो इलेक्ट्रोड्स लगे हुए सीगे सो किन्नी वोल्ट्स ते इलेक्ट्रिक स्पार्क्स दिते 75,000 वोल्ट्स ते सो इसने लाइटनिंग नू सिमुलेट किया। दैन कंडेंस्ड गैसिज दे वर पास टू लिक्विड फ्लास्क विद एनर्जी गिवन फ्रॉम इलेक्ट्रिक हीटर। बाद विच उन्हां ने लिक्विड फ्लास्क नू इलेक्ट्रिक हीटर दे नाल गर्म किया एंड आफ्टर 18 डेज वट हैपनड दिस मिक्सचर वॉज एनालाइज्ड एंड मिक्सचर ऑफ ऑर्गेनिक कंपाउंड्स लाइक अमाइनो एसिड्स एडेनिन राइबो शुगर दे वर फॉर्म्ड इन गैस फ्लास्क एंड कैरीड टू द लिक्विड फ्लास्क। सो इसने एक्सपेरीमेंटली प्रूव कर दिता कि प्रिमेटिव अर्थ दे उपर इन ऑर्गेनिक मॉलिक्यूल्स तो की बनिया सिंपल ऑर्गेनिक मॉलिक्यूल्स। उस तो बाद नेक्स्ट थर्ड स्टेप दैट इज द फॉर्मेशन ऑफ कॉम्पलैक्स ऑर्गेनिक कंपाउंड्स। सो बच्चों जड़े सिंपल ऑर्गेनिक कंपाउंड सिगे ओ आपस दे विच वाटर बॉडीज दे अंदर दे स्टार्टेड इंटरैक्टिंग विद वन अनदर एक दूसरे दे नाल इंटरैक्ट करना शुरू कर दिता और दे कंबाइन टू फॉर्म उन्होंने सिंपल ऑर्गेनिक कंपाउंड्स ने रिएक्ट करके की बनाया दे फॉर्म द कॉम्पलैक्स ऑर्गेनिक कंपाउंड्स। ए कॉम्पलैक्स ऑर्गेनिक कंपाउंड्स केड़े केड़े सी स्टार्च प्रोटीन्स फैट्स न्यूक्लिक एसिड्स। सो स्टार्च बच्चों केड़े सिंपल ऑर्गेनिक कंपाउंड्स तो बने दे वर फॉर्म्ड फ्रॉम सिंपल शुगर्स। प्रोटीन सानू पता ही है किस तो बनदियां ने अमाइनो एसिड्स तो सो अमाइनो एसिड्स दे गॉट लिंक्ड बाय मीनस ऑफ पेप्टाइड बॉन्ड्स ता की बनिया प्रोटीन्स फैट्स। असी पहला पढ़ के हटे हैं कि सिंपल ऑर्गेनिक कंपाउंड्स विच फैटी एसिड्स ते ग्लिसरॉल बनदियां ने सो ओ फैटी एसिड ते ग्लिसरॉल आपस विच रिएक्ट करके की बना दिंदियां ने फैट्स। सो न्यूक्लिक एसिड्स बच्चों किस तो बने दे वर फॉर्म्ड फ्रॉम द शुगर्स सिंपल शुगर राइबो शुगर या डी ऑक्सी राइबो शुगर देन नाइट्रोजन बेसिस एंड फॉस्फेट। सो सिंपल ऑर्गेनिक मॉलिक्यूल्स जिहड़े कि असी लास्ट स्टेप दे विच पढ़िया दे कंबाइन टूगैदर टू फॉर्म कॉम्पलैक्स ऑर्गेनिक कंपाउंड्स लाइक स्टार्च फ्रॉम सिंपल शुगर्स प्रोटीन्स फ्रॉम अमाइनो एसिड्स फैट्स फ्रॉम फैटी एसिड एंड ग्लिसरॉल न्यूक्लिक एसिड्स फ्रॉम दिस शुगर नाइट्रोजन बेसिस एंड फॉस्फेट। सो बच्चों इस लिए भी इन्हों रिएक्शंस लिए भी दे वर ऑलसो कैरीड आउट इन द वाटर बॉडीज एंड फॉर दैट एनर्जी सोर्सिस फॉर फॉर्मेशन ऑफ पॉलीमर्स। सो वो बने सी जड़े सिंपल ऑर्गेनिक कंपाउंड सी दे वर कॉल्ड एज मोनोमर्स। सो जदों बच्चों कई सारे मोनोमर्स आपस में ज्वाइन कर जाते हैं दे लीड टू फॉर्मेशन ऑफ पॉलीमर्स। पॉली मीन्स मैनी सो वैन मैनी मोनोमर्स दे ज्वाइन टूगैदर दे फॉर्म द पॉलीमर्स। सो एनर्जी सोर्स जड़ी सीगी वो कितों आई दैट वॉज फ्रॉम इलेक्ट्रिक डिस्चार्ज लाइटनिंग और मेजर जड़ी एनर्जी सी दैट वॉज द सोलर एनर्जी। सो बच्चे सारे रिएक्शन कितने कैरी आउट हो रहे सी इन द वाटर बॉडीज। सो हेल्डेन ने क्या हेल्डेन सजेस्टेड दैट द सी और ओशंस ड्यू टू एक्यूमुलेशन ऑफ ऑर्गेनिक मॉलिक्यूल्स दे बिकेम हॉट ब्रॉथ। ब्रॉथ की है बच्चों सूप जस्ट लाइक अ सूप हॉट सूप दी तरह सी बन गया एंड कॉम्पलैक्स मॉलिक्यूल्स वर फॉर्म्ड। लेकिन कई साइंटिस्ट ने यह सुजैसट किया कि जड़ा सी या ओशन सी उस टाइम ते की बने दे वर फॉर्म्ड एज स्लज। स्लज की हुंदा बेटा दे दैट इज द एक्यूमुलेशन और डिपोजिशन ऑफ मड इकट्ठी हो जाए। सो उन्होंने कहा कि ये जड़े क्ले पार्टिकल सी मड दे समुंदर दे विच पाए जाने वाले मड पार्टिकल सीगे उन्होंने अट्रैक्ट कर लिया इन्हों कॉम्पलैक्स ऑर्गेनिक कंपाउंड्स नू और उन्होंने इन्हों दे लई
सरफेस प्रोवाइड की फॉर कैरिंग आउट द रिएक्शन ताकि जड़े हैं रिएक्शन जड़े हैं वो कैरी आउट हो सकन। सो बच्चों इस भी जड़े ये कॉम्पलैक्स ऑरगैनिक कंपाउंडस भी बने इन्हों भी फिर एक फॉक्स ना का साइंटिस्ट होया उसने एक्सपैरीमेंटली प्रूव किया कि वाकई जड़े सिंपल कंपाउंडस हैं उस तो कॉम्पलैक्स ऑरगैनिक कंपाउंडस बने। सो उसने की किया ही टुक 18 to 20 अमाइनो एसिड्स एंड बॉयल दैट मिक्सचर फॉर सैवरल आवर्स उसनू कई घंटे 130 to 180 डिग्री सेंटीग्रेड तक उसनू बॉयल करता रहा हो एंड ही गॉट द पॉलीपेप्टाइड्स बाद विच उसने उसनू कूलिंग कर ली एंड ही गॉट द पॉलीपेप्टाइड्स। पॉलीपेप्टाइड्स बच्चों क्या है दे आर फॉर्म्ड फ्रॉम अमाइनो एसिड्स व्हेन अ नंबर ऑफ अमाइनो एसिड्स दे लिंक टूगैदर दैट फॉर्म्ड इज पॉलीपेप्टाइड जिहड़ी सबस्टांस बनिया वह की होएगा दैट विल बी द पॉलीपेप्टाइड। पॉली मीन्स मैनी पेप्टाइड्स जिहड़े हैं दे आर फॉर्म्ड फ्रॉम द लिंकेज ऑफ अमाइनो एसिड्स बाय पेप्टाइड बॉन्ड। सो फॉक्स ने की फॉर्म किया ही सिंथेसाइज्ड पॉलीपेप्टाइड्स बाय बॉयलिंग मिक्सचर ऑफ 18 to 20 अमाइनो एसिड्स फॉर सैवरल आवर्स एंड कूलिंग इन वॉटर एंड ही कॉल दीज मॉलीक्यूल्स ये जड़े मॉलीक्यूल्स बने कॉम्पलैक्स ऑरगैनिक मॉलीक्यूल्स बने उन्होंने उसने की नाम दे दिता प्रोटीनॉइड माइक्रोस्फीयर्स। सो उस टाइम दे उपर एटीपी फॉर्मेशन जड़ी सी दैट ऑल्सो टुक प्लेस और उस टाइम दे उपर इन्हों रिएक्शंस नू कैरी आउट करन लई एटीपी जड़ी सीगी दैट वॉज द मेजर एनर्जी एंड दैन उसने फॉक्स ने ही रिपोर्टेड द फॉर्मेशन ऑफ न्यूक्लिक एसिड्स उसने न्यूक्लिक एसिड्स नू भी सिंथेसाइज कर लिया अंडर लैबोरेटरी कंडीशंस बाय हीटिंग न्यूक्लियोसाइड्स एंड फॉस्फेट्स इन लैबोरेटरी एट 68 डिग्री सेंटीग्रेड। सो बच्चों न्यूक्लिक एसिड्स भी उसने किस दे अंदर पैदा किया लैबोरेटरी विच किस तो बनाया फ्रॉम न्यूक्लियोसाइड्स एंड फॉस्फेट्स। सो दैट वॉज अबाउट द फॉक्स एक्सपैरीमेंट जिसने कि एक्सपैरीमेंटली ये प्रूव कर दिता कि जड़े ऑरगैनिक कंपाउंडस हैं कॉम्पलैक्स ऑरगैनिक कंपाउंडस हैं बच्चों कितों फॉर्म होंगे हैं सिंपल ऑरगैनिक कंपाउंडस तो इट मीनस मोनोमर्स दे कंबाइन टूगैदर टू फॉर्म पॉलीमर्स की बना देंगे वो पॉलीमर्स। नेक्स्ट है बच्चों फॉर्मेशन ऑफ मॉलिकुलर एग्रीगेट्स। सो ऑपेरिन एंड फॉक्स बोथ साइंटिस्ट उन्होंने कहा कि लार्ज ऑरगैनिक मॉलिक्यूल्स हैं जड़े लार्ज ऑरगैनिक कंपाउंडस हैं प्रिमेटिव अर्थ के अंदर दे वर फॉर्म्ड इनसाइड द वॉटर बॉडीज एंड दे इंटरैक्टेड विद वन अनदर एंड ड्यू टू इंटरमोलिकुलर अट्रैक्शन ऑफ दीज मॉलिक्यूल्स वट वॉज फॉर्म्ड दे फॉर्म्ड लार्ज कोलाइडल एग्रीगेट्स और इन एग्रीगेट्स नू इन्होंने की नाम दे दिता देवर कॉल्ड एज कॉसरवेट्स की क्या गया इन्होंने कॉसरवेट्स। सो ऑरगैनिक कंपाउंडस सिंथेसाइज इन प्रिमेटिव अर्थ दैट एक्यूमुलेटेड इन साइड वॉटर बॉडीज एंड दे फॉर्म्ड लार्ज कोलाइडल एग्रीगेट्स कॉल्ड कॉसरवेट्स। सो बच्चों थानू डायग्राम दे विच नज़र आ रहे हैं ये जड़े रेड रेड बॉल्स की तरह ने दीज आर द कॉसरवेट्स ये की ने कॉसरवेट्स ने और कॉसरवेट्स की बच्चों जड़ी नेचर सी दैट वॉज द ज्विटराइन नेचर। ज्विटराइन नेचर की होंगी है कि वह आयन जिस को दोनों ही चार्जिस हो पॉजिटिव एज वैल एज नैगेटिव चार्जिस। सो बच्चों इस प्रॉपर्टी के कारण ज्विटराइन की प्रॉपर्टी के कारण कॉसरवेट्स जड़े सिगे उन्होंने की बन गया उन्होंने आले दुआले एन एनवेलप ऑफ वाटर मॉलीक्यूल्स दैट वॉज फॉर्म्ड अराउंड ईच एग्रीगेट। सो इन्हों एग्रीगेट के आले दुआले जड़ा सिगा एक एनवेलप बन गया ऑफ वाटर मॉलीक्यूल्स। सो बच्चों इस वाटर मॉलीक्यूल ने तो डायग्राम दे विच नज़र आ रहे हैं कॉसरवेट्स सो इन्हों दे आले दुआले जड़ा सिगा वाटर मॉलीक्यूल दी एक मैमब्रेन बन गई। सो ए मैमब्रेन ने इस एनवेलप ने की किता दैट हेल्प्ड द वेरियस काइंड्स ऑफ रिएक्शंस दैट इज बिल्डिंग अप एज वेल एज ब्रेकिंग अप रिएक्शंस टू बी कैरिड आउट इनसाइड द दिस
मैमब्रेन। सो इस मैमब्रेन के अंदर दोनों ही तरह के रिएक्शन जड़े से वो होने शुरू हो गए, कड़े कड़े बिल्डिंग अप एंड एज वैल एज ब्रेकिंग अप रिएक्शन। सो बचो इस दैट लैड टू द कॉम्पलैक्सिटी ऑफ दीज एग्रीगेट्स। सो बचो ये कुछ एग्रीगेट्स जड़े से कोलाइडल एग्रीगेट्स जड़े से जड़े कॉसरवेट से दे ड्यू टू सर्टेन फेवरेबल इंटरनल कंडीशनस दे डिवाइडेड वेरी क्विकली। इन्होंने बहुत ही तेजी दे नाल डिवाइड करना शुरू कर दिता एंड बिकेम डोमीनेंट, तो ये डोमीनेंट होने शुरू हो गए। सो देखिए सो इन्हों कुछ कोलाइडल एग्रीगेट्स जड़े से दे एबजॉर्ब्ड मोर प्रोटीनस एंड अदर मैटीरियल्स फ्रॉम ओशनस। उन्होंने की करना शुरू किया प्रोटीनस के होर मैटीरियल्स जड़े से ओशन के एबजॉर्ब करने शुरू कर दिते। सो जदों इन्होंने प्रोटीनस के मैटीरियल्स नू एबजॉर्ब करना शुरू किया तो उस दे नाल बच्चों की होनी शुरू हो गई, ग्रोथ होनी शुरू हो गई इन्हों कॉसरवेट्स की। तो इस दे नाल जड़े इन्हों की कॉम्पलैक्सिटी सी वो इंटरनल कॉम्पलैक्सिटी सी जड़ी कॉसरवेट की वो भी तेजी नाल होन लग पई। सो ये जड़े कॉसरवेट्स जड़े बहुत ही ज़्यादा एक्टिव हो गए, इन्हां विचों कुछ जड़े कॉसरवेट सीगे वो ज़्यादा ग्रोथ शो करन लग पए, ज़्यादा कॉम्पलैक्स होने शुरू हो गए। सो ये वाले कॉसरवेट्स जड़े सीगे उन्होंने होर तेजी नाल मल्टीप्लाई करना शुरू कर दिता एंड गॉट द ऑर्गेनिक मटीरियल्स फ्रॉम द एनवायरमेंट। सो बच्चों थानू डायग्राम नज़र आ रही है, उस विच एक कॉसरवेट दी है डिविजन इन प्रोग्रेस। सो इहदा मतलब इन्हां कोल की फैसिलिटी आ गई, दे स्टार्टेड डिवाइडिंग रैपिडली, इन्होंने मल्टीप्लाई करना शुरू कर दिता, इन्होंने डिवाइड करना शुरू कर दिता तेजी दे नाल एंड गॉट द ऑर्गेनिक मटीरियल्स फ्रॉम द एनवायरमेंट। सो ये असी हुण पढ़ी हुण तक कैमिकल एवोल्यूशन कीमोजेनी। सो बच्चो नैक्सट पार्ट जरा है दैट इज ए बायोजेनेसिस, दैट इज द फॉर्मेशन ऑफ, ए दो स्टैप्स के कवर अप होंगी है, दैट इज द फॉर्मेशन ऑफ ईओबायोंट्स और प्रोटोबायोंट्स फ्रॉम कॉसरवेट्स। सैकेंड स्टैप जरा है दैट इज द फॉर्मेशन ऑफ फर्स्ट लिविंग सैल फ्रॉम ईओबायोंट और प्रोटोबायोंट। सो असी दो स्टैप्स के इसनों स्टडी करा, दैट इज द फॉर्मेशन ऑफ ईओबायोंट और प्रोटोबायोंट। सो फर्स्ट जड़ा सीगा दैट इज ईओबायोंट किस तरह फॉर्म होया, हुनी असी कहा कि ईओबायोंट्स और प्रोटोबायोंट्स जड़े हैं देवर फॉर्म्ड फ्रॉम कॉसरवेट्स। सो कॉसरवेट्स जड़े सीगे आपां हुनी स्टडी किया कि उन्हां दे विच उन्हां दे आले दुआले जड़ी सी मैमब्रेन बन गई, वाटर मैमब्रेन बन गई और उन्हां दे अंदर की कैरी आउट होने शुरू हो गए, बिल्डिंग अप रिएक्शंस एज वैल एज ब्रेकिंग अप रिएक्शंस। सो इन्हां रिएक्शंस दे कारण दीज कॉसरवेट्स दे वर इन स्टेट ऑफ डायनामिक इक्विलिब्रियम। सो किस स्टेट दे विच सी, डायनामिक इक्विलिब्रियम दे विच सी, बिल्कुल उस तरह ही जिवें लिविंग सैल्स होंदे ने। सो बच्चो कॉसरवेट्स जिहड़े सी दे वर जस्ट लाइक लिविंग सैल्स, उन्हां कोल की सी, दे हैड द बेसिक प्रॉपर्टीज ऑफ लिविंग सैल्स। बेसिक प्रॉपर्टीज की ने, दे ग्रू, उन्हां कोल प्रॉपर्टी सी ग्रोथ दी, उन्हां कोल प्रॉपर्टी सी मैटाबोलिज्म दी, रिएक्शंस कैरी आउट करन दी। मैटाबोलिज्म सानू पता है कि रिएक्शंस नू असी कहने हैं जिद विच दोनों ही तरह दे रिएक्शंस हुंदे हैं, एनाबॉलिक एज वैल एज कैटाबॉलिक। एनाबॉलिक हुंदे हैं बिल्डअप रिएक्शंस, ते कैटाबॉलिक रिएक्शंस केड़े हुंदे हैं, ब्रेकअप रिएक्शंस। सो बच्चो इन्हां कोल कॉसरवेट्स कोल की प्रॉपर्टी सी, एक तां ग्रोथ दी प्रॉपर्टी सी, एक की सी मैटाबोलिज्म दी। हुने असी पढ़िया कि उन्होंने डिवाइड करना शुरू कर दिता, सो कादी प्रॉपर्टी होगी, रिप्रोडक्शन दी। सो बच्चों इन्हां कोल तीनों ही प्रॉपर्टीज, मेजर प्रॉपर्टीज जिहड़ियां सी, दे वर जस्ट लाइक द लिविंग सैल्स। किस तरह दियां सी, लिविंग सैल्स की तरह, बट दे लैक्ड मॉलिकुलर ऑर्गेनाइजेशन। इन्हां दे विच मॉलिकुलर ऑर्गेनाइजेशन नहीं सी, एंजाइम्स नहीं सी एंड देयर वॉज नो कंट्रोल ऑफ न्यूक्लिक एसिड्स। ते उस टाइम तक हजे न्यूक्लिक एसिड भी नहीं बनया सी, लेकिन हौली हौली न्यूक्लिक एसिड जड़ा सी वो बनना शुरू हो गया एंड दे टुक कंट्रोल ऑफ कॉसरवेट्स। ते उन्होंने कॉसरवेट्स के उपर कंट्रोल कर लिया। न्यूक्लिक एसिड आपां पढ़िया कि रिएक्शंस होने शुरू हो गए, ऑर्गेनिक कंपाउंडस बने, फिर उस तो बाद जड़े हैं कॉसरवेट्स बने। सो इन्होंने ये न्यूक्लिक एसिड्स ने जदों फॉर्म हो गए
ਦੇ ਟੁੱਕ ਕੰਟਰੋਲ ਆਫ ਕੋਸਰਵੇਟਸ। ਸੋ ਇਹਦੇ ਨਾਲ ਜਦੋਂ ਨਿਊਕਲਿਕ ਐਸਿਡ ਦੀ ਫਾਰਮੇਸ਼ਨ ਹੋ ਗਈ ਤਾਂ ਕੀ ਹੋਣਾ ਸ਼ੁਰੂ ਹੋ ਗਿਆ, ਡੁਪਲੀਕੇਸ਼ਨ ਹੋਣੀ ਸ਼ੁਰੂ ਹੋ ਗਈ। ਸੋ ਦੈਟ ਲੈਡ ਟੂ ਦਾ ਫਾਰਮੇਸ਼ਨ ਆਫ ਜੈਨੇਟਿਕ ਮਟੀਰੀਅਲ। ਉਸ ਦੇ ਨਾਲ ਹੀ ਕੀ ਬਣ ਗਿਆ, ਜੈਨੇਟਿਕ ਮਟੀਰੀਅਲ ਜਿਹੜਾ ਸੀ ਉਹ ਫਾਰਮ ਹੋਣਾ ਸ਼ੁਰੂ ਹੋ ਗਿਆ। ਸੋ ਮੇਜਰ ਜਿਹੜੇ ਬਣੇ ਦੈਟ ਵਾਜ਼ RNA, ਪਹਿਲਾਂ RNA ਬਣਿਆ, ਪ੍ਰੋਟੀਨਸ ਬਣੇ, ਪੋਲੀਸੈਕਰਾਈਡਸ ਬਣੇ, ਅਸੀਂ ਪੜ੍ਹ ਚੁੱਕੇ ਹਾਂ। ਅਤੇ ਬੱਚੋ RNA ਜਿਹੜਾ ਸੀਗਾ ਦੈਟ ਹੈਡ ਦਾ ਕੈਟਾਲੀਟਿਕ ਪ੍ਰੋਪਰਟੀ। ਕੈਟਾਲੀਟਿਕ ਪ੍ਰੋਪਰਟੀਜ਼ ਮੀਨ ਉਹਨਾਂ ਨੂੰ ਰਿਐਕਸ਼ਨਸ ਨੂੰ ਕੈਟਾਲਾਈਜ਼ ਕਰਨ ਦੀ ਪਾਵਰ ਸੀਗੀ। ਸੋ ਉਹਨਾਂ ਕੋਲ ਕੈਟਾਲੀਟਿਕ ਪ੍ਰੋਪਰਟੀ ਸੀ ਤਾਂ ਉਹਨਾਂ ਨੇ ਰਿਐਕਸ਼ਨਸ ਨੂੰ ਕੈਟਾਲਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਅਤੇ ਇਸ ਦੇ ਨਾਲ ਕੀ ਹੋਇਆ, ਦੈਟ ਦਿਸ ਫਸਟ ਪ੍ਰਿਮੇਟਿਵ ਲਿਵਿੰਗ ਸਿਸਟਮ ਵਾਜ਼ ਫਾਰਮਡ ਐਂਡ ਦੈਟ ਵਾਜ਼ ਨੇਮਡ ਐਜ਼ ਈਓਬਾਇਓਂਟ। ਸੋ ਬੱਚੋ ਈਓਬਾਇਓਂਟਸ ਕਿਸ ਤੋਂ ਬਣੇ, ਦੇ ਵਰ ਫਾਰਮਡ ਫਰੋਮ ਕੋਸਰਵੇਟਸ। ਸੋ ਕੋਸਰਵੇਟਸ ਕੋਲ ਕੀ ਪ੍ਰੋਪਰਟੀ ਸੀ, ਦੇ ਹੈਡ ਦਾ ਪ੍ਰੋਪਰਟੀ ਆਫ ਗਰੋਥ, ਦੇ ਹੈਡ ਦਾ ਪ੍ਰੋਪਰਟੀ ਆਫ ਮੈਟਾਬੋਲਿਜ਼ਮ, ਦੇ ਹੈਡ ਦਾ ਪ੍ਰੋਪਰਟੀ ਆਫ ਰੀਪ੍ਰੋਡਕਸ਼ਨ, ਬਟ ਦੇ ਲੈਕਡ ਮੋਲੀਕੁਲਰ ਆਰਗੇਨਾਈਜੇਸ਼ਨ, ਐਂਜਾਈਮਸ ਐਂਡ ਕੰਟਰੋਲ ਆਫ ਨਿਊਕਲਿਕ ਐਸਿਡਸ। ਬਟ ਲੇਟਰ ਆਨ ਵੈਨ ਦਾ ਨਿਊਕਲਿਕ ਐਸਿਡਸ ਵਰ ਫਾਰਮਡ, ਦੇ ਟੁੱਕ ਕੰਟਰੋਲ ਆਫ ਕੋਸਰਵੇਟਸ ਐਂਡ ਫਾਰਮ ਦ ਫਸਟ ਪ੍ਰਿਮੇਟਿਵ ਲਿਵਿੰਗ ਸਿਸਟਮ ਕਾਲਡ ਐਜ਼ ਈਓਬਾਇਓਂਟ। ਸੋ ਬੱਚੋ ਇਹ ਪ੍ਰੋਬੇਬਲ ਅਪੀਅਰੈਂਸ ਹੈ ਅਰਲੀ ਪ੍ਰੋਟੋਬਾਇਓਂਟ ਦੀ, ਕਿਸ ਤਰ੍ਹਾਂ ਸੀ ਕਿ ਇਸ ਵਿੱਚ RNA ਜਾਂ DNA ਪ੍ਰੋਬੇਬਲ ਹੈ। ਸੋ ਐਕਸਟਰਨਲ ਮੈਂਬਰੇਨ ਸੀ ਐਂਡ ਮੈਂਬਰੇਨ ਜਿਹੜੀ ਸੀਗੀ ਮੈਂਬਰੇਨਸ ਇਨਵੈਜਾਈਨੇਸ਼ਨ ਸੀ, ਮੈਂਬਰੇਨ ਤੋਂ ਅੰਦਰੋਂ ਆਊਟਗੋਸ ਪੈਦਾ ਹੋ ਗਈਆਂ। ਸੋ ਦੈਟ ਵਾਜ਼ ਜਸਟ ਅ ਪ੍ਰੋਬੇਬਲ ਅਪੀਅਰੈਂਸ ਆਫ ਐਨ ਅਰਲੀ ਪ੍ਰੋਟੋਬਾਇਓਂਟ। ਉਸ ਤੋਂ ਬਾਅਦ ਹੈ ਫਾਰਮੇਸ਼ਨ ਆਫ ਫਸਟ ਲਿਵਿੰਗ ਸੈਲਸ, ਉਹ ਕਿਸ ਤੋਂ ਬਣੇ, ਦੇ ਵਰ ਫਾਰਮਡ ਫਰੋਮ ਈਓਬਾਇਓਂਟਸ। ਕਿਸ ਤੋਂ ਬਣੇ, ਈਓਬਾਇਓਂਟਸ ਤੋਂ। ਸੋ ਬੱਚੋ ਜਦੋਂ ਇੱਕ ਵਾਰ ਪ੍ਰੋਟੀਨਸ ਬਣ ਗਈਆਂ, ਅਸੀਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਪ੍ਰੋਟੀਨਸ, ਪੋਲੀਸੈਕਰਾਈਡਸ, RNA ਵਗੈਰਾ ਬਣਦੇ ਨੇ। ਸੋ ਬੱਚੋ ਜਦੋਂ ਇੱਕ ਵਾਰ ਪ੍ਰੋਟੀਨਸ ਬਣ ਗਈਆਂ, ਸੋ ਇਹ ਪ੍ਰੋਟੀਨਸ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ, ਦੇ ਸਟਾਰਟਿਡ ਕੈਟਾਲਾਈਜ਼ਿੰਗ ਰਿਐਕਸ਼ਨਸ। ਸੋ ਦੇ ਐਕਟਿਡ ਐਜ਼ ਐਂਜਾਈਮਸ। ਆਪਾਂ ਨੂੰ ਪਤਾ ਐਂਜਾਈਮਸ ਕੀ ਹੁੰਦੇ ਹੈ, ਦੇ ਆਰ ਪ੍ਰੋਟੀਨੇਸ਼ੀਅਸ ਸਬਸਟਾਂਸਿਸ ਵਿੱਚ ਕੈਟਾਲਾਈਜ਼ ਦਾ ਰਿਐਕਸ਼ਨਸ। ਸੋ ਆਫਟਰ ਦਾ ਫਾਰਮੇਸ਼ਨ ਆਫ ਪ੍ਰੋਟੀਨਸ, ਜਦੋਂ ਇੱਕ ਵਾਰ ਪ੍ਰੋਟੀਨਸ ਬਣ ਗਈਆਂ, ਸਮ ਪ੍ਰੋਟੀਨਸ ਦੇ ਐਕਟਿਡ ਐਜ਼ ਐਂਜਾਈਮਸ। ਉਹਨਾਂ ਨੇ ਕਿਸ ਤਰ੍ਹਾਂ ਐਕਟ ਕੀਤਾ, ਐਂਜਾਈਮਸ ਦੀ ਤਰ੍ਹਾਂ ਐਕਟ ਕੀਤਾ ਔਰ ਸਪੀਡ ਅਪ ਕਰ ਦਿੱਤੇ ਰਿਐਕਸ਼ਨਸ ਇਨਸਾਈਡ ਦਾ ਈਓਬਾਇਓਂਟਸ। ਸੋ ਦੇ ਸਪੀਡਿਡ ਅਪ ਦਾ ਸਿੰਥਸਿਸ ਆਫ ਮੋਲੀਕਿਊਲਸ ਇਨ ਈਓਬਾਇਓਂਟਸ। ਈਓਬਾਇਓਂਟਸ ਦੇ ਅੰਦਰ ਮੋਲੀਕਿਊਲਸ ਦਾ ਜਿਹੜੀ ਸੀ ਸਿੰਥਸਿਸ ਨੂੰ ਸਪੀਡ ਅਪ ਕਰਨਾ ਸ਼ੁਰੂ ਕਰ ਦਿੱਤਾ। ਸੋ ਇਸ ਤੋਂ ਬਾਅਦ ਬੱਚੋ ਕੀ ਬਣਿਆ, ਫਸਟ RNA ਬਣਿਆ, ਸਭ ਤੋਂ ਪਹਿਲਾਂ RNA ਬਣਿਆ, ਹੁਣੇ ਪੜ੍ਹਿਆ ਸੀ। ਉਸ ਤੋਂ ਬਾਅਦ ਕੀ ਡਿਵੈਲਪ ਹੋਇਆ, DNA ਡਿਵੈਲਪ ਹੋਇਆ ਐਂਡ ਦੇ ਸਟਾਰਟਿਡ ਕੰਟਰੋਲਿੰਗ ਪ੍ਰੋਟੀਨ ਸਿੰਥਸਿਸ। ਸੋ ਆਪਾਂ ਪੜ੍ਹ ਚੁੱਕੇ ਹਾਂ ਕਿ ਪ੍ਰੋਟੀਨ ਸਿੰਥਸਿਸ ਕਿਸ ਤੋਂ ਹੁੰਦੀ ਹੈ, ਫਰੋਮ DNA, ਮੈਸੇਜ ਇਜ਼ ਕਨਵੇਡ ਫਰੋਮ DNA ਟੂ RNA ਐਂਡ ਦੈਨ ਪਰਟੀਕੁਲਰਲੀ ਅਮਾਈਨੋ ਐਸਿਡਸ ਦੇ ਜੁਆਇੰਟ ਟੁਗੈਦਰ ਟੂ ਫਾਰਮ ਪ੍ਰੋਟੀਨਸ। ਸੋ ਪਹਿਲਾਂ, ਸਭ ਤੋਂ ਪਹਿਲਾਂ ਧਰਤੀ ਦੇ ਉੱਪਰ ਕੀ ਬਣਿਆ, RNA ਬਣਿਆ, ਉਸ ਤੋਂ ਬਾਅਦ DNA ਡਿਵੈਲਪ ਹੋਇਆ ਐਂਡ ਦਿਸ DNA ਐਜ਼ ਵੈਲ ਐਜ਼ RNA ਦੇ ਸਟਾਰਟਿਡ ਕੰਟਰੋਲਿੰਗ ਪ੍ਰੋਟੀਨ ਸਿੰਥਸਿਸ। ਸੋ ਬੱਚੇ ਉਸ ਤੋਂ ਬਾਅਦ ਜਿਹੜੇ ਸੀਗੇ ਇਹਨਾਂ ਨੇ ਈਓਬਾਇਓਂਟਸ ਨੂੰ ਮੋਰ ਸਕਸੈਸਫੁਲ ਬਣਾ ਦਿੱਤਾ ਫਾਰ ਪ੍ਰੋਸੈਸਿੰਗ ਫੂਡ ਮੋਲੀਕਿਊਲਸ ਐਜ਼ ਵੈਲ ਐਜ਼ ਫਾਰ ਪ੍ਰੋਡਿਊਸਿੰਗ ਐਨਰਜੀ। ਸੋ ਇਹ ਜਿਹੜਾ DNA ਬਣਿਆ, ਇਸ ਕੋਲ ਪਾਵਰ ਸੀਗੀ ਦੈਟ ਸਟਾਰਟਿਡ ਅੰਡਰਗੋਇੰਗ ਮਿਊਟੇਸ਼ਨਸ। ਸੋ ਜਿਹੜੀ ਥਰਮਲ ਐਨਰਜੀ ਸੀ, ਉਸ ਦੇ ਕਾਰਨ DNA ਜਿਹੜਾ ਸੀਗਾ ਉਹ ਮਿਊਟੇਟ ਹੋਣਾ ਸ਼ੁਰੂ ਹੋ ਗਿਆ, ਉਸ ਦੇ ਵਿੱਚ ਚੇਂਜਿਸ ਆਉਣੀਆਂ ਸ਼ੁਰੂ ਹੋ ਗਈਆਂ। ਸੋ ਇਹ ਜਿਹੜੇ DNA ਮਿਊਟੇਸ਼ਨ ਦੇ ਨਾਲ ਬੱਚੋ ਕੀ ਹੋਣਾ ਸ਼ੁਰੂ ਹੋ ਗਿਆ, ਪ੍ਰੋਟੀਨਸ ਦੇ ਵਿੱਚ ਵੀ ਚੇਂਜਿਸ ਆ ਗਈਆਂ ਈਓਬਾਇਓਂਟਸ ਦੇ ਵਿੱਚ ਐਂਡ ਫਾਈਨਲੀ ਪ੍ਰੋਟੀਨ ਲਿਪਿਡ ਮੈਂਬਰੇਨ ਦੈਟ ਵਾਜ਼ ਫਾਰਮਡ ਅਰਾਊਂਡ ਈਓਬਾਇਓਂਟ ਐਂਡ ਐਜ਼ ਏ ਰਿਜ਼ਲਟ ਵਟ ਹੈਪਨਡ, ਪ੍ਰੋਸੈਸ ਆਫ ਗਰੋਥ ਐਜ਼ ਵੈਲ ਐਜ਼ ਡਿਵੀਜ਼ਨ ਦੈਟ ਬਿਕੇਮ ਰੈਗੂਲੇਟਡ, ਉਹ ਰੈਗੂਲੇਟ ਹੋਣੀ ਸ਼ੁਰੂ ਹੋ ਗਈ ਐਂਡ ਦੈਟ ਲੈਡ ਟੂ ਦਾ ਫਾਰਮੇਸ਼ਨ ਆਫ ਫਸਟ ਲਿਵਿੰਗ ਸੈੱਲ। ਸੋ ਇਸ ਦੇ ਨਾਲ ਹੀ ਕਿਸ ਦੀ ਉਤਪਤੀ ਹੋ ਗਈ, ਫਸਟ ਲਿਵਿੰਗ ਸੈੱਲ ਦੀ। ਸੋ ਬੱਚੋ ਇਹ ਜਿਹੜੇ ਕੈਮੀਕਲ ਕੰਪਾਊਂਡਸ ਨੇ ਉਹ ਅਜੇ ਵੀ ਨੇਚਰ ਦੇ ਵਿੱਚ ਬਣ ਰਹੇ ਨੇ, ਬਟ ਔਰਗੈਨਿਕ ਕੰਪਾਊਂਡਸ ਫਾਰਮਡ ਮਾਈਟ ਅੰਡਰਗੋ ਸਪੋਂਟੇਨੀਅਸ ਆਕਸੀਡੇਸ਼ਨ
एंड डीग्रेडेड बाय लिविंग ऑर्गेनिजम्स। लेकिन इस टाइम की हो रहा है, प्रेजेंट एटमॉस्फेयर जड़ा है वह की है, ऑक्सीडाइजिंग एटमॉस्फेयर है, बिकॉज ऑक्सीजन इज प्रेजेंट इन एबंडेंस। सो इहदा मतलब कैमिकल कंपाउंड्स चाहे अजे भी नेचर विच उस तरह ही बन रहे हैं प्रिमेटिव एटमॉस्फेयर की तरह, बट ये जड़े ने दे अंडरगो स्पॉन्टेनियस ऑक्सीडेशन एज वैल एज बिकॉज नाओ ऑर्गेनिजम्स, लिविंग ऑर्गेनिजम्स आर प्रेजेंट, दे डीग्रेड दीज कंपाउंड्स। सो असी कंकलूड करते हैं कि लाइफ जड़ी है उसकी उत्पत्ति कितों हुई, दैट वॉज फॉर्म्ड फ्रॉम इनऑर्गेनिक मॉलिक्यूल्स ऑफ प्रिमेटिव अर्थ। लेकिन जड़ी टूडेज अर्थ लाइफ है, अज की जड़ी जिंदगी है, वह किस तो बनती है, दैट वॉज फॉर्म्ड फ्रॉम प्री एग्जिस्टिंग लाइफ ओनली, क्योंकि जड़िया प्रेजेंट कंडीशनस हैं वह प्रिमेटिव अर्थ दियाँ कंडीशनस तो बहुत ही ज़्यादा डिफरेंट है। उस तो बाद बच्चे असी देखिए कि फिर एवोल्यूशन किवें हुई ऑर्गेनिजम्स की, फर्दर एवोल्यूशन ऑफ ऑर्गेनिजम किस तरह हुई। सो हटैरोट्रॉफिजम, सो जदों एक बार फर्स्ट लिविंग सैल बन गया, दैट वॉज डिवेलप्ड फ्रॉम ऑर्गेनिक मॉलिक्यूल्स, और किस तरह डिवेलप होया, दैट वॉज फॉर्म्ड इन ऑक्सीजन फ्री एटमोसफेयर। उस टाइम एटमोसफेयर की सीगा, ऑक्सीजन फ्री सीगा, रिड्यूसिंग एटमोसफेयर सीगा। सो हटैरोट्रॉफ्स वर फॉर्म्ड एंड दीज हटैरोट्रॉफ्स दे वर डिपेंडेंट अपॉन द रेडीमेड फूड। ये किसके उपर डिपेंडेंट सी, रेडीमेड फूड के उपर डिपेंडेंट सी, एंड देवर एनरोब्स, एनरोब्स मीन्स दे रेस्पायर इन द एबसेंस ऑफ ऑक्सीजन। लेकिन हौली हौली एवोल्यूशन तो बाद हटैरोट्रॉफिजम ने किसन फॉर्म किया, ऑटोट्रॉफ्स न फॉर्म किया। सो ऑन कूलिंग ऑफ अर्थ, जदों अर्थ की कूलिंग हो गई तो ऑर्गेनिक मॉलिक्यूल्स की सिंथसिज भी स्टॉप हो गई, वह भी बनने बंद हो गए। सो इहदे नाल की होया कि जिन्ने भी ऑर्गेनिक कंपाउंड्स बने वो की होने शुरू हो गए, देवर आइदर ऑक्सीडाइज्ड इन द प्रेजेंस ऑफ ऑक्सीजन, या उन्होंने ऑर्गेनिजम्स ने डेवर कर लिया। लेकिन कुछ जड़े हटैरोट्रॉफ सीगे ड्यू टू यूनीक स्ट्रक्चर उन्होंने इवॉल्व करना शुरू कर दिता एंड दे बिकेम ऑटोट्रॉफ्स। उन्होंने की किया, अपना भोजन खुद सिंथेसाइज करना शुरू कर दिता बाय मीनस ऑफ कीमोसिंथेसिस या फोटोसिंथेसिस दे नाल। फिर बच्चों नेक्स्ट यूकैरियोटिक सेल्स बनने शुरू हो गए। सो जड़े पहले ऑर्गेनिजम सी उन्हां दे विच ऑर्गेनाइज्ड न्यूक्लियस एबसेंट सीगा, लेकिन बाद विच न्यूक्लियर मटीरियल जड़ा सीगा उस दे आले दुआले एनवेलप बनना शुरू हो गया। सो जदों वह एनवेलप बन गया न्यूक्लियर मटीरियल दे विच, ਤਾਂ ਉਸਨੇ ਸਾਈਟੋਪਲਾਜ਼ਮ ਦੇ ਨਾਲ ਸੈਪਰੇਟ ਕਰ ਦਿੱਤਾ ਨਿਊਕਲੀਅਰ ਮਟੀਰੀਅਲ ਨੂੰ, ਐਂਡ ਦੈਟ ਵਰ ਕਨਵਰਟਿਡ ਇਨ ਟੂ ਯੂਕਰੀਓਟਿਕ ਸੈਲਸ, ਜਿਹਦੇ ਵਿੱਚ ਵੈਲ ਡਿਫਾਈਨਡ ਨਿਊਕਲੀਅਸ ਬਣ ਗਿਆ। ਅਤੇ ਅਨਦਰ ਮੇਜਰ ਫੀਚਰ ਜਿਹੜਾ ਸੀ ਯੂਕਰੀਓਟਿਕ ਸੈਲਸ ਦਾ, ਦੈਟ ਵਾਜ ਸੈਕਸ਼ੂਅਲ ਰੀਪ੍ਰੋਡਕਸ਼ਨ। ਸੋ ਇਸ ਦੇ ਨਾਲ ਯੂਨੀਸੈਲੂਲਰ ਔਰਗੈਨਿਜ਼ਮਸ ਬਣੇ, ਔਰ ਇਹ ਜਿਹੜੇ ਯੂਨੀਸੈਲੂਲਰ ਔਰਗੈਨਿਜ਼ਮ ਸੀ ਬੱਚਿਓ, ਇਹ ਆਪਸ ਦੇ ਵਿੱਚ ਕੰਬਾਈਨ ਕਰਕੇ, ਆਪਸ ਦੇ ਵਿੱਚ ਕਲੋਨੀਜ਼ ਦੇ ਵਿੱਚ ਇਕੱਠੇ ਹੋਣ ਦੇ ਬਾਅਦ ਇਹਨਾਂ ਨੇ ਕੀ ਬਣਾ ਦਿੱਤਾ, ਦੇ ਫਾਰਮ ਦ ਮਲਟੀ ਸੈਲੂਲਰ ਔਰਗੈਨਿਜ਼ਮਸ। ਸੋ ਕੀ ਬਣਿਆ, ਸਿੰਪਲ ਫਾਰਮਸ ਤੋਂ ਕੰਪਲੈਕਸ ਫਾਰਮਸ ਬਣ ਗਈਆਂ। ਪਹਿਲਾਂ ਪ੍ਰੋਕਰਿਓਟਿਕ ਬਣੇ, ਉਸ ਤੋਂ ਬਾਅਦ ਯੂਕਰਿਓਟਿਕ ਬਣੇ, ਪਹਿਲਾਂ ਹੈਟੈਰੋਟ੍ਰੋਫਸ ਬਣੇ, ਉਸ ਤੋਂ ਬਾਅਦ ਆਟੋਟ੍ਰੋਫਸ ਬਣੇ, ਐਂਡ ਦੈਟ ਫਾਰਮੇਸ਼ਨ ਆਫ ਕੰਪਲੈਕਸ ਫਾਰਮਸ ਫਰੋਮ ਸਿੰਪਲ ਫਾਰਮਸ ਬਾਏ ਗ੍ਰੈਜੂਅਲ ਚੇਂਜਿਸ, ਦੈਟ ਇਜ਼ ਕਾਲਡ ਐਜ ਔਰਗੈਨਿਕ ਐਵੋਲਿਊਸ਼ਨ। ਸੋ ਆਈ ਹੋਪ ਬੱਚੇ ਤੁਹਾਨੂੰ ਅੱਜ ਦਾ ਜਿਹੜਾ ਲੈਕਚਰ ਹੈ ਉਹ ਕੰਪਲੀਟਲੀ ਸਮਝ ਆ ਗਿਆ ਹੋਏਗਾ, ਅਤੇ ਮੈਨੂੰ ਹੋਪ ਹੈ ਕਿ ਆਪਣੇ ਟੀਚਰ ਸਾਹਿਬਾਨ ਦੀ ਮਦਦ ਦੇ ਨਾਲ ਤੁਸੀਂ ਇਸ ਨੂੰ ਹੋਰ ਅੱਛੀ ਤਰ੍ਹਾਂ ਸਮਝ ਲਓਗੇ। ਥੈਂਕਸ।